ਪੁਲਿਸ ਦੀਆਂ ਗੱਡੀਆਂ ਦੇ ਉੱਤੇ ਇੱਕ ਸਫੇਦਾ ਟੁੱਟ ਕੇ ਡਿੱਗ ਜਾਂਦਾ ਜਿਸ ਕਾਰਨ ਇਹ ਗੱਡੀਆਂ ਮੌਕੇ ਤੇ ਹੀ ਚੱਕਨਾ ਚੂਰ ਹੋ ਜਾਂਦੀਆਂ ਨੇ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਵੇਖ ਸਕਦੇ ਹੋ ਜਿੱਥੇ ਪੁਲਿਸ ਦੀ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਤਾਂ ਪੂਰਾ ਮਾਮਲਾ ਦੱਸ ਦਈਏ ਕਿ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਜਿੱਥੇ ਸਫੇਦੇ ਦਾ ਇੱਕ ਦਰਖਤ ਟੁੱਟ ਕੇ ਇਹਨਾਂ ਗੱਡੀਆਂ ਤੇ ਡਿੱਗ ਜਾਂਦਾ ਜਿਸ ਕਰਕੇ ਉਹਨਾਂ ਦਾ ਕਾਫੀ ਨੁਕਸਾਨ ਹੋ ਜਾਂਦਾ। ਇਸ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰੰਤੂ ਪੁਲਿਸ ਮਹਿਕਮੇ ਦੀ ਇੱਕ ਸਰਕਾਰੀ ਗੱਡੀ ਇਸ ਹਾਦਸੇ ਦੇ ਵਿੱਚ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਜਾਣਕਾਰੀ ਦਿੰਦਿਆਂ SHO ਨੇ ਦੱਸਿਆ ਕਿ ਇਸ ਘਟਨਾ ਬਾਬਤ ਸੰਬੰਧੀ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ ਤਾਂ ਉਹਨਾਂ ਦੱਸਿਆ ਕਿ ਇਸ ਹਾਦਸੇ 'ਚ ਗੱਡੀਆਂ ਦਾ ਕਿੰਨਾ ਕੁ ਨੁਕਸਾਨ ਹੋਇਆ ਉਸਦੀ ਪੜਤਾਲ ਕੀਤੀ ਜਾ ਰਹੀ ਹੈ ਤਾਂ ਮਿਲੀ ਜਾਣਕਾਰੀ ਅਨੁਸਾਰ ਇਹ ਸਫੇਦਾ ਦਰਖਤ ਕਾਫ਼ੀ ਪੁਰਾਣਾ ਸੀ ਜਿਸ ਕਾਰਨ ਇਹ ਹਾਦਸਾ ਵਾਪਰ ਜਾਂਦਾ ਹੈ ਪਰੰਤੂ ਦੂਜੇ ਪਾਸੇ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਦਰਖਤਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਵਿਕਾਸ ਦੇ ਨਾਂ 'ਤੇ ਕੱਟਿਆ ਜਾ ਰਿਹਾ ਜਦਕਿ ਪੁਰਾਣੇ ਦਰਖਤ ਅੱਜ ਵੀ ਕਈ ਥਾਵਾਂ 'ਤੇ ਮਾੜੀ ਹਾਲਾਤਾਂ ਦੇ ਵਿੱਚ ਖੜ੍ਹੇ ਨੇ ਜਿਸ 'ਤੇ ਨਾ ਤਾਂ ਵਿਭਾਗ ਦੀ ਨਜ਼ਰ ਪੈ ਰਹੀ ਹੈ ਅਤੇ ਨਾ ਹੀ ਕਿਸੇ ਅਧਿਕਾਰੀ ਦੀ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਵੇਖ ਸਕਦੇ ਹੋ ਕਿ ਕਿੰਨਾ ਭਿਆਨਕ ਹਾਦਸਾ ਸੀ। ਜਾਨੀ ਨੁਕਸਾਨ ਹੋ ਸਕਦਾ ਸੀ ਪਰ ਇਸ ਤੋਂ ਬਚਾ ਰਿਹਾ ਪੁਲਿਸ ਦੀ ਗੱਡੀ ਸੀ ਜਿਸ ਦੇ ਉੱਤੇ ਇਹ ਸਫੇਦਾ ਡਿੱਗਿਆ ਜਿਸ ਕਰਕੇ ਗੱਡੀ ਦਾ ਭਾਰੀ ਨੁਕਸਾਨ ਹੋਇਆ। ਹਾਂਜੀ, ਅੱਜ ਤੜਕੇ 4 ਵਜੇ ਡਿੱਗਿਆ ਗਾ। ਗੱਡੀਆਂ ਬਾਹਰ ਖੜੀਆਂ ਕੀਤੀਆਂ, ਪਾਰਕਿੰਗ ਕੀਤੀ ਸੀਗੀ। ਅਸੀਂ ਤਾਂ ਅੰਦਰ ਥਾਣੇ ਦੇ ਅੰਦਰ ਸੀਗੇ, ਉੱਤੇ ਪਏ ਸੀਗੇ ਤਾਂ ਸਵੇਰੇ ਉੱਠ ਕੇ ਦੇਖਿਆ ਤਾਂ ਦਰਖਤ ਡਿੱਗਿਆ ਸੀ ਅਤੇ 2 ਗੱਡੀਆਂ, 1 ਸਰਕਾਰੀ ਗੱਡੀ ਹੈ ਸੀਗੀ ਅਤੇ 1 ਮੇਰੀ ਪ੍ਰਾਈਵੇਟ ਸੀਗੀ। ਕਿੰਨਾ ਕੁ ਨੁਕਸਾਨ ਹੋ ਗਿਆ ਸਰ ਵੈਸੇ ਦੇਖਿਆ ਜਾਵੇ? ਪੂਰੀ ਲੋਸ ਹੋਈ ਹੈ ਗੱਡੀ। ਅੱਛਾ ਜੀ, ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਨਹੀਂ, ਜਾਨੀ ਨਹੀਂ ਹੋਇਆ। ਠੀਕ ਹੈ। ਕੀ ਬਾਹਰ ਸਫੇਦਾ ਡਿੱਗਣ ਦੀ ਘਟਨਾ ਹੋਈ ਹੈ ਜੀ? ਇੱਕ ਅੱਜ ਸਾਨੂੰ ਅਰਲੀ ਮੋਰਨਿੰਗ ਜਿਹੜੀ ਸੀਗੀ ਸਾਡੇ ਧਿਆਨ 'ਚ ਆਇਆ ਕਿ ਜਿਹੜਾ ਮਾਲ ਮੁਕੰਦੇ ਉੱਪਰ ਇੱਕ ਜਿਹੜਾ ਸਫੇਦਾ ਸੀਗਾ ਉਹ ਉੱਪਰ ਡਿੱਗ ਗਿਆ। ਇਸ ਸੰਬੰਧੀ ਜਿਹੜਾ ਅਸੀਂ ਫੋਰੈਸਟ ਡਿਪਾਰਟਮੈਂਟ ਨੂੰ ਦੱਸਦਾ ਅਤੇ ਉਹ ਉਹਨਾਂ ਦੇ ਅੱਗੇ ਜੋ ਵੀ ਕਰ ਰਹੀ ਉਹ ਕਰ ਰਹੇ। ਸਰ, ਕਿੰਨਾ ਕੁ ਨੁਕਸਾਨ ਹੋਇਆ ਸਰਕਾਰੀ ਗੱਡੀ ਦੇ ਉੱਤੇ ਵੀ? ਇਹ ਬਰਦਰ ਜਿਹੜਾ ਨੁਕਸਾਨ ਹੋਇਆ ਹੁਣ ਜਦੋਂ ਇਸ ਸਾਈਡ 'ਤੇ ਇੱਥੋਂ ਮੂਵ ਹੋਊਗਾ ਫਿਰ ਪਤਾ ਚੱਲੇਗਾ ਕਿੰਨਾ ਕੁ ਨੁਕਸਾਨ ਹੋਇਆ, ਬਾਕੀ ਫਿਰ ਤੁਹਾਨੂੰ ਬਾਅਦ 'ਚ ਦੱਸਾਂਗੇ। ਸਰ, ਜਾਨੀ ਨੁਕਸਾਨ ਤਾਂ ਨਹੀਂ? ਪੁਲਿਸ ਦੀਆਂ ਗੱਡੀਆਂ ਦੇ ਉੱਤੇ ਇੱਕ ਸਫੇਦਾ ਟੁੱਟ ਕੇ ਡਿੱਗ ਜਾਂਦਾ ਜਿਸ ਕਾਰਨ ਇਹ ਗੱਡੀਆਂ ਮੌਕੇ ਤੇ ਹੀ ਚੱਕਨਾ ਚੂਰ ਹੋ ਜਾਂਦੀਆਂ ਨੇ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਵੇਖ ਸਕਦੇ ਹੋ ਜਿੱਥੇ ਪੁਲਿਸ ਦੀ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਤਾਂ ਪੂਰਾ ਮਾਮਲਾ ਦੱਸ ਦਈਏ ਕਿ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਜਿੱਥੇ ਸਫੇਦੇ ਦਾ ਇੱਕ ਦਰਖਤ ਟੁੱਟ ਕੇ ਇਹਨਾਂ ਗੱਡੀਆਂ ਤੇ ਡਿੱਗ ਜਾਂਦਾ ਜਿਸ ਕਰਕੇ ਉਹਨਾਂ ਦਾ ਕਾਫੀ ਨੁਕਸਾਨ ਹੋ ਜਾਂਦਾ। ਇਸ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰੰਤੂ ਪੁਲਿਸ ਮਹਿਕਮੇ ਦੀ ਇੱਕ ਸਰਕਾਰੀ ਗੱਡੀ ਇਸ ਹਾਦਸੇ ਦੇ ਵਿੱਚ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਜਾਣਕਾਰੀ ਦਿੰਦਿਆਂ SHO ਨੇ ਦੱਸਿਆ ਕਿ ਇਸ ਘਟਨਾ ਬਾਬਤ ਸੰਬੰਧੀ ਵਿਭਾਗ ਨੂੰ ਸੂਚਿਤ ਕਰ ਦਿੱਤਾ ਤਾਂ ਉਹਨਾਂ ਦੱਸਿਆ ਕਿ ਇਸ ਹਾਦਸੇ 'ਚ ਗੱਡੀਆਂ ਦਾ ਕਿੰਨਾ ਕੁ ਨੁਕਸਾਨ ਹੋਇਆ ਉਸਦੀ ਪੜਤਾਲ ਕੀਤੀ ਜਾ ਰਹੀ ਹੈ ਤਾਂ ਮਿਲੀ ਜਾਣਕਾਰੀ ਅਨੁਸਾਰ ਇਹ ਸਫੇਦਾ ਦਰਖਤ ਕਾਫੀ ਪੁਰਾਣਾ ਸੀ ਜਿਸ ਕਾਰਨ ਇਹ ਹਾਦਸਾ ਵਾਪਰ ਜਾਂਦਾ ਪਰੰਤੂ ਦੂਜੇ ਪਾਸੇ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਦਰਖਤਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਵਿਕਾਸ ਦੇ ਨਾਂ 'ਤੇ ਕੱਟਿਆ ਜਾ ਰਿਹਾ ਜਦਕਿ ਪੁਰਾਣੇ ਦਰਖਤ ਅੱਜ ਵੀ ਕਈ ਥਾਵਾਂ 'ਤੇ ਮਾੜੀ ਹਾਲਾਤਾਂ ਦੇ ਵਿੱਚ ਖੜ੍ਹੇ ਨੇ ਜਿਸ 'ਤੇ ਨਾ ਤਾਂ ਵਿਭਾਗ ਦੀ ਨਜ਼ਰ ਪੈ ਰਹੀ ਹੈ ਅਤੇ ਨਾ ਹੀ ਕਿਸੇ ਅਧਿਕਾਰੀ ਦੀ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਵੇਖ ਸਕਦੇ ਹੋ ਕਿ ਕਿੰਨਾ ਭਿਆਨਕ ਹਾਦਸਾ ਸੀ। ਜਾਨੀ ਨੁਕਸਾਨ ਹੋ ਸਕਦਾ ਸੀ ਪਰ ਇਸ ਤੋਂ ਬਚਾ ਰਿਹਾ ਪੁਲਿਸ ਦੀ ਗੱਡੀ ਸੀ ਜਿਸ ਦੇ ਉੱਤੇ ਇਹ ਸਫੇਦਾ ਡਿੱਗਿਆ ਜਿਸ ਕਰਕੇ ਗੱਡੀ ਦਾ ਭਾਰੀ ਨੁਕਸਾਨ ਹੋਇਆ। ਹਾਂਜੀ, ਅੱਜ ਤੜਕੇ 4 ਵਜੇ ਡਿੱਗਿਆ ਗਾ। ਗੱਡੀਆਂ ਬਾਹਰ ਖੜੀਆਂ ਕੀਤੀਆਂ, ਪਾਰਕਿੰਗ ਕੀਤੀ ਸੀਗੀ। ਅਸੀਂ ਤਾਂ ਅੰਦਰ ਥਾਣੇ ਦੇ ਅੰਦਰ ਸੀਗੇ, ਉੱਤੇ ਪਏ ਸੀਗੇ ਤਾਂ ਸਵੇਰੇ ਉੱਠ ਕੇ ਦੇਖਿਆ ਤਾਂ ਦਰਖਤ ਡਿੱਗਿਆ ਸੀ ਅਤੇ 2 ਗੱਡੀਆਂ, 1 ਸਰਕਾਰੀ ਗੱਡੀ ਹੈ ਸੀਗੀ ਅਤੇ 1 ਮੇਰੀ ਪ੍ਰਾਈਵੇਟ ਸੀਗੀ। ਕਿੰਨਾ ਕੁ ਨੁਕਸਾਨ ਹੋ ਗਿਆ ਸਰ ਵੈਸੇ ਦੇਖਿਆ ਜਾਵੇ? ਪੂਰੀ ਲੋਸ ਹੋਈ ਹੈ ਗੱਡੀ। ਅੱਛਾ ਜੀ, ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਨਹੀਂ, ਜਾਨੀ ਨਹੀਂ ਹੋਇਆ। ਠੀਕ ਹੈ। ਕੀ ਬਾਹਰ ਸਫੇਦਾ ਡਿੱਗਣ ਦੀ ਘਟਨਾ ਹੋਈ ਹੈ ਜੀ?
ਇੱਕ ਅੱਜ ਸਾਨੂੰ ਅਰਲੀ ਮੋਰਨਿੰਗ ਜਿਹੜੀ ਸੀਗੀ ਸਾਡੇ ਧਿਆਨ 'ਚ ਆਇਆ ਕਿ ਜਿਹੜਾ ਮਾਲ ਮੁਕੰਦੇ ਉੱਪਰ ਇੱਕ ਜਿਹੜਾ ਸਫੇਦਾ ਸੀਗਾ ਉਹ ਉੱਪਰ ਡਿੱਗ ਗਿਆ। ਇਸ ਸੰਬੰਧੀ ਜਿਹੜਾ ਅਸੀਂ ਫੋਰੈਸਟ ਡਿਪਾਰਟਮੈਂਟ ਨੂੰ ਦੱਸਦਾ ਅਤੇ ਉਹਨਾਂ ਦੇ ਅੱਗੇ ਜੋ ਵੀ ਕਰ ਰਹੀ ਉਹ ਕਰ ਰਹੇ। ਸਰ ਕਿੰਨਾ ਕੁ ਨੁਕਸਾਨ ਹੋਇਆ ਸਰਕਾਰੀ ਗੱਡੀ ਦੇ ਉੱਤੇ ਵੀ ਇਹ ਬਰਦਰ? ਜਿਹੜਾ ਨੁਕਸਾਨ ਹੋਇਆ ਹੁਣ ਜਦੋਂ ਇਸ ਸਾਈਡ 'ਤੇ ਇੱਥੋਂ ਮੂਵ ਹੋਊਗਾ ਫਿਰ ਪਤਾ ਚੱਲੇਗਾ ਕਿੰਨਾ ਕੁ ਨੁਕਸਾਨ ਹੋਇਆ, ਬਾਕੀ ਫਿਰ ਤੁਹਾਨੂੰ ਬਾਅਦ 'ਚ ਦੱਸਾਂਗੇ। ਸਰ ਜਾਨੀ ਨੁਕਸਾਨ ਤਾਂ ਨਹੀਂ? ਨਹੀਂ।